ਟੀਚਰ ਖੁਖਾਰ ਹੋਣਗੇ ਜਿਹੜੇ ਦਿਲਾਂ ਵਿੱਚ ਉਹੀ ਵਿਚਕਾਰ ਹੋਣਗੇ ਜਦੋਂ ਕਿਤੇ ਉੱਠਿਆ ਜਨਾਜ਼ਾ ਜੱਟ ਦਾ ਰੈਲਗੀ ਘੱਟ ਵੱਧ ਯਾਰ ਹੋਣਗੇ ਮੇਰੇ ਵੱਲੋਂ ਸਾਰਣ ਜੀ ਵੀਰ ਵਾਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਜਾਣੇ ਬਹੁਤ ਹੀ ਕੈਂਟ ਹੋਣਗੇ ਜਿਹੜੀ ਅੱਜ ਦੀ ਵੀਡੀਓ ਬਹੁਤ ਕੈਂਟ ਹੋਣ ਵਾਲੀ ਬਿਕੋਜ਼ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਚੀਜ਼ ਦੇਖਣੀ ਹੈ ਕਿ ਇੱਕ ਵਜ਼ੀਰ ਪਾਤਰ ਇਹ ਆਹ ਵਾਲਾ ਮੁੰਡਾ ਦੇਖ ਰਹੇ ਹੋ ਨਾ ਇਹਨਾਂ ਦਾ ਇੱਕ ਗਾਣਾ ਆਇਆ ਜਨਾਜ਼ਾ ਜਨਾਜ਼ਾ ਜੀ ਬੜੇ ਟਾਈਮ ਤੋਂ ਬਾਈ ਸਨੈਪਚੈਟ 'ਤੇ ਸੋਰੀ ਇੰਸਟਾ 'ਤੇ ਸਟੋਰੀਜ਼ ਵਗੈਰਾ ਪਾ ਰਿਹਾ ਸੀ ਮੈਂ ਦੇਖ ਰਿਹਾ ਸੀਗਾ ਅਤੇ ਉਹ ਅੱਜ ਆਪਾਂ ਗਾਣਾ ਦੇਖਣਾ ਪਰ ਉਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਜਿਹੜਾ ਕਿ ਹੈਪੀ ਆਰ ਟੀ ਵੀ ਇੰਡੀਆ ਅਤੇ ਇਹਨੂੰ ਤੁਸੀਂ ਕਰਨਾ ਸਬਸਕ੍ਰਾਈਬ ਐਂਡ ਪ੍ਰੈਸ ਦ ਬੈਲ ਆਈਕਨ ਐਸ ਵੈਲ ਤਾਂ ਜੋ ਨੋਟੀਫਿਕੇਸ਼ਨ ਤੁਹਾਡੇ ਫੋਨ ਤੁਹਾਨੂੰ ਮਿਲ ਜਾਵੇ ਜਦੋਂ ਵੀ ਆਪਾਂ ਕੋਈ ਵੀਡੀਓ ਅਪਲੋਡ ਕਰੀਏ ਐਂਡ ਮੈਂ ਤੁਹਾਡੇ ਵਾਸਤੇ ਵਧੀਆ ਵਧੀਆ ਕੰਟੈਂਟ ਲੈ ਕੇ ਆਊਂਗਾ ਸਿਰਫ ਗਾਣੇ ਨਹੀਂ ਹੋਰ ਵੀ ਵਧੀਆ ਯੂਨੀਕ ਅਤੇ ਕ੍ਰੀਏਟਿਵ ਅਤੇ ਐਜੂਕੇਟਡ ਅਤੇ ਇੰਸਪੀਰੇਸ਼ਨਲ ਅਤੇ ਪਤਾ ਨਹੀਂ ਹੋਰ ਕਿੱਦਾਂ ਕਿੱਦਾਂ ਦੀ ਵੀਡੀਓਜ਼ ਲੈ ਕੇ ਆਉਣੀਆਂ ਮੈਂ ਸੋ ਇਹਨੂੰ ਤੁਸੀਂ ਮੇਕ ਸ਼ੋਰ ਕਿ ਤੁਸੀਂ ਸਬਸਕ੍ਰਾਈਬ ਕਰ ਲਓ ਠੀਕ ਆ ਅਤੇ ਇੰਸਟਾ ਆਪਣਾ ਆਈ ਸਰਮੀਤ ਸਿੰਘ ਨੂੰ ਫੋਲੋ ਕਰ ਲਓ ਅਤੇ ਆਹ ਬਾਈ ਦਾ ਵੀ ਫੋਲੋ ਕਰ ਲਿਓ ਵਜ਼ੀਰ ਪਾਤਰ ਅਤੇ ਇਹਨਾਂ ਦਾ ਆਪਾਂ ਅੱਜ ਗਾਣਾ ਸੁਣ ਲੈ ਕੇ ਆਪਣੇ ਕਿਸੇ ਦੀ ਵੀਡੀਓ ਕਰਦੇ ਹਾਂ ਸ਼ੁਰੂ ਜਨਾਜ਼ਾ Yo, what's up? Tell him where you from, man. ਆਓ ਕਦੇ ਬੈਗੀ ਜੀਨ ਕਦੇ ਸੂਟ ਬਿਸਪੋਕ ਮੇਰੇ ਘਰ ਤੋਂ ਦੇ ਪਿੱਛੇ ਬੰਦਾ ਮਾਰ ਦਿੰਦੇ ਲੋਕ ਮੇਰੇ ਸਾਲ ਪੂਰਾ ਹੋ ਗਿਆ ਨੀ ਦਿੱਲੀ ਦੱਬੀ ਬੈਠੇ ਆ ਰਹਿਰ ਲਾ ਅੱਗੇ ਵੀ ਪੈਰ ਹੋਏ ਨਈਓ ਚੋਕ ਮੇਰੇ ਕਾਲੀਆ ਪਰ ਹੁਕੋ ਵਿੱਚ ਐਨ ਕੀ ਆ ਲੋਏ ਲੰਗੇ ਜੱਟ ਸੁਣੇ ਆ ਲੜਾ ਚ ਹੁੰਦੀ ਹਾਏ ਹਾਏ ਇੱਕੋ ਮੇਰੀ ਖੱਡ ਜੋ ਲਸੋਈ ਲੈ ਕੇ ਆਉਣੀ ਐਵੇਂ ਥਾਂ ਥਾਂ ਤੇ ਗੱਬ ਦਿੰਦੇ ਛੱਲੇ ਨੀ ਵਟਾਏ ਉਹ ਜਿੰਨਾਂ ਨੂੰ ਸਵਾਦ ਨਾਰੀਆਂ ਹਟਾਉਣ ਦਾ ਯਾਕਰਾਂ ਨੂੰ ਦੇਖ ਲਈ ਅਖਬਾਰ ਪਾਉਣਗੇ ਸਾਰਿਆਂ ਦੇ ਪਿੱਛੇ ਖੁਖਾਰ ਹੋਣਗੇ ਜਿਹੜੇ ਦਿਲਾਂ ਵਿੱਚ ਉਹੀ ਵਿਚਕਾਰ ਹੋਣਗੇ ਜਿਹੜੇ ਦਿਲਾਂ ਵਿੱਚ ਉਹੀ ਕਾਰ ਵਿੱਚ ਹੋਣਗੇ ਮੈਨੂੰ ਲੱਗਦਾ ਇਸ ਗਾਣੇ ਦੇ ਨਾਲ ਨਾਲ ਨਾ ਥੋੜ੍ਹੀ ਉਹ ਸਬਟਾਈਟਲ ਨਹੀਂ ਮਤਲਬ ਕੋਈ ਲਿਰਿਕਸ ਨਾਲ ਚਾਹੀਦੇ ਸੀਗੇ ਕਿਉਂਕਿ ਜਿੱਦਾਂ ਦੀ ਬਾਈ ਦੀ ਟੋਨ ਆ ਆਵਾਜ਼ ਮਤਲਬ ਕਿ ਬੜੀ ਸੋਹਣੀ ਆਵਾਜ਼ ਆ ਅਤੇ ਲਿਰਿਕਸ ਮਤਲਬ ਜਿੱਦਾਂ ਦੀ ਆ ਉਹ ਈਜ਼ੀ ਟੂ ਅੰਡਰਸਟੈਂਡ ਆ ਡਿਫੀਕਲਟ ਟੂ ਅੰਡਰਸਟੈਂਡ ਆ ਮਤਲਬ ਕਿ ਫਸਟ ਇੰਪਰੈਸ਼ਨ ਦੇ ਵਿੱਚ ਫਸਟ ਵਾਰੀ ਜੋ ਤੁਸੀਂ ਸੁਣਦੇ ਆ ਵਾਰ ਵਾਰ ਸੁਣੋਗੇ ਤੁਹਾਨੂੰ ਸਮਝ ਲੱਗਣਾ ਪਰ ਅੱਛਾ ਦੇਖਦੇ ਹਾਂ ਕਿ ਘੈਂਟ ਆ ਵੈਸੇ ਬਾਈ ਦਾ ਹਮੇਸ਼ਾ ਜਿਹੜਾ ਵਾਲਾ ਸਟਾਈਲ ਰਿਹਾ ਨਾ ਬਲੈਕ ਐਂਡ ਵਾਈਟ ਦਾ ਇਹ ਮੈਨੂੰ ਬਹੁਤ ਘੈਂਟ ਲੱਗਦਾ ਖੁਖਾਰ ਹੋਣਗੇ ਜਿਹੜੇ ਦਿਲਾਂ ਵਿੱਚ ਉਹੀ ਵਿਚਕਾਰ ਹੋਣਗੇ ਜਦੋਂ ਕਿਤੇ ਉੱਠਿਆ ਜਨਾਜ਼ਾ ਜੱਟ ਦਾ ਰੈਲਗੀ ਘੱਟ ਵੱਧ ਯਾਰ ਹੋਣਗੇ ਔਖਾ ਸਰਵਾਈਵਲ ਇੰਡਸਟਰੀ ਆ ਲੁੱਚੀ ਜੱਟ ਨੀਵਾਂ ਹੋ ਕੇ ਮਿਲੇ ਪਰ ਸੋਚ ਰੱਖੇ ਉੱਚੀ ਮਾਮਾ ਸ਼ੌਕ ਨਾਲ ਬੁਣਿਆ ਸਵੈਟਰ ਯੰਮੀ ਦਾ ਹਾਈ ਵੇਸਟ ਤੋਂ ਦੇਖ ਲਈ ਸ਼ਕੋਰ ਮਾਰੇ ਗੁੱਜੀ ਜੱਟ ਦੀ ਕੁਲੀ ਚ ਪਾਵੇਂ ਕੱਖ ਨਾ ਰਹੇ ਪਰ ਕਦੇ ਨਾ ਜ਼ਮੀਰਾਂ ਦੇ ਵਪਾਰ ਹੋਣਗੇ ਸਾਰਿਆਂ ਦੇ ਪਿੱਛੇ ਖੁਖਾਰ ਹੋਣਗੇ ਜਿਹੜੇ ਦਿਲਾਂ ਵਿੱਚ ਉਹੀ ਵਿਚਕਾਰ ਹੋਣਗੇ ਜਦੋਂ ਕਿਤੇ ਉੱਠਿਆ ਜਨਾਜ਼ਾ ਜੱਟ ਦਾ ਰੈਲਗੀ ਘੱਟ ਵੱਧ ਯਾਰ ਹੋਣਗੇ ਸਾਰਿਆਂ ਦੇ ਪਿੱਛੇ ਖੁਖਾਰ ਹੋਣਗੇ ਜਿਹੜੇ ਦਿਲਾਂ ਵਿੱਚ ਉਹੀ ਵਿਚਕਾਰ ਹੋਣਗੇ ਜਦੋਂ ਕਿਤੇ ਉੱਠਿਆ ਜਨਾਜ਼ਾ ਜੱਟ ਦਾ ਰੈਲਗੀ ਘੱਟ ਵੱਧ ਯਾਰ ਹੋਣਗੇ ਕੜੀ ਆ ਕਲਮ ਸ਼ੁਰੂ ਕਰਨੀ ਲਿਖਾਈ ਨੀ ਮੈਂ ਕਿਸੇ ਵੀ ਸਟਾਰ ਮੂਰੇ ਪੂਛ ਨੀ ਹਲਾਈ ਤੇਰਾ ਕੀ ਬਾਤ ਹੈ ਲਾਈਨ ਹੀ ਨਹੀਂ ਕਹਿਣਾ ਕਿਸੇ ਵੀ ਸਟਾਰ ਮੂਰੇ ਪੂਛ ਨਹੀਂ ਹਿਲਾਈ ਮਤਲਬ ਕਿ ਕਿਸੇ ਦੇ ਕਹਿ ਲਓ ਕਿ ਚਮਚਾਗਿਰੀ ਨਹੀਂ ਕੀਤੀ ਅੱਗੇ ਆਉਣ ਲਈ ਅੱਗਿਆ ਪਵਿੱਤਰ ਨਹੀਂ ਪਹਿਲੇ ਦਿਨ ਤੋਂ ਕਦੇ ਤਗੜੇ ਨੂੰ ਦੇਖ ਕੇ ਮੈਂ ਫਤਿਹ ਨਹੀਂ ਬੁਲਾਈ ਫਿਜ਼ੀ ਚੱਲੇ ਗੁਰਜੰਟ ਕੁੜੇ ਲੱਗਦੀ ਨਾਡੀ ਤੇਰੀ ਸਮਝ ਨਹੀਂ ਆਉਣੀ ਗੇਮ ਬਾਜ਼ਰ ਦੀ ਵੱਡੀ ਨਾ ਫੇਮ ਕੇਮ ਬਟ ਸੇਮ ਗੱਭਰੂ ਇੱਕੋ ਕਾਲੇ ਰੰਗ ਦੀ ਮੈਂ ਆਦਤ ਨਹੀਂ ਛੱਡੀ ਆਉਂ ਹੋਊਂਗਾ ਇਹ ਡੱਡੀ ਫਾਈਜ਼ ਲਈ ਕੁੜੇ ਬੰਦੇ ਜਿੰਨੇ ਹੋਣੇ ਨਾਲ ਸਰਦਾਰ ਹੋਣਗੇ ਸਾਰਿਆਂ ਦੇ ਪਿੱਛੇ ਖੁਖਾਰ ਹੋਣਗੇ ਜਿਹੜੇ ਦਿਲਾਂ ਵਿੱਚ ਉਹੀ ਵਿਚਕਾਰ ਹੋਣਗੇ ਜਦੋਂ ਕਿਤੇ ਉੱਠਿਆ ਜਨਾਜ਼ਾ ਜੱਟ ਦਾ ਰੈਲਗੀ ਘੱਟ ਵੱਧ ਯਾਰ ਹੋਣਗੇ ਸਾਰਿਆਂ ਦੇ ਪਿੱਛੇ ਖੁਖਾਰ ਹੋਣਗੇ ਜਿਹੜੇ ਦਿਲਾਂ ਵਿੱਚ ਉਹੀ ਵਿਚਕਾਰ ਹੋਣਗੇ ਜਦੋਂ ਕਿਤੇ ਉੱਠਿਆ ਜਨਾਜ਼ਾ ਜੱਟ ਦਾ ਰੈਲਗੀ ਘੱਟ ਵੱਧ ਯਾਰ ਹੋਣਗੇ ਬੀਟ ਬੋ ਗਾਣਾ ਪੀਪਣੀ ਜੀ ਬੜੀ ਚੱਲੀ ਹੈ ਆਪਣੇ ਪੰਜਾਬੀ ਗਾਣਿਆਂ 'ਚ ਹਾਂ ਬੰਦਾ ਬੀਟ ਹੀ ਇੰਜੋਏ ਕਰੀ ਜਾਵੇ ਪਵਿੱਤਰ ਲਸੋਈ ਗੁਰਜੰਟ ਪੈਣੀ ਸਰ ਗਾਣਾ ਘੈਂਟ ਸੀਗਾ ਯਾਰ ਮਤਲਬ ਕਿ ਮੈਂ ਇੱਦਾਂ ਦੀ ਬੀਟ ਮੈਨੂੰ
ਬੀਟ ਇੱਦਾਂ ਲੱਗਦਾ ਚੱਲੀ ਜਾਵੇ, ਖਤਮ ਹੀ ਨਾ ਹੋਵੇ, ਮਤਲਬ ਇਕੱਲੀ ਬੀਟ ਵੀ ਜੇ ਚੱਲਦੀ ਰਹੀ ਨਾ ਮੈਂ ਘੱਟੋ ਘੱਟ 15-20 ਮਿੰਟ ਬੀਟ ਸੁਣ ਸਕਦਾ ਆਰਾਮ ਨਾਲ ਆਹ ਵਾਲੀ, ਮਤਲਬ ਕਿ ਕੋਈ ਚਾਹੇ ਵਿੱਚ ਕੋਈ ਲੀਰਿਕਸ ਨਾ ਹੋਵੇ, ਇਕੱਲੀ ਬੀਟ ਹੋਵੇ ਮੈਂ ਸੁਣ ਸਕਦਾ। ਸੋ ਲੈਟਸ ਟਾਕ ਅਬਾਊਟ ਦ ਵੀਡੀਓ, ਵੀਡੀਓ ਇਜ਼ ਕੁਆਇਟ ਔਸਮ। ਜਿੱਦਾਂ ਕਿ ਬਲੈਕ ਐਂਡ ਵਾਈਟ ਦੀ ਗੱਲ ਕੀਤੀ ਮੈਂ, ਉਹ ਮੈਨੂੰ ਚੀਜ਼ ਕਹਿਣ ਲੱਗੀ, ਲਿਰਿਕਸ ਬਹੁਤ ਵਧੀਆ ਸੀਗੇ। ਲਿਰਿਕਸ ਮਤਲਬ ਕਿ ਜਿੱਦਾਂ ਮੈਂ ਤੁਹਾਨੂੰ ਕਿਹਾ ਡਿਫੀਕਲਟ ਟੂ ਅੰਡਰਸਟੈਂਡ ਆ ਜੇ ਤੁਸੀਂ ਪਹਿਲੀ ਵਾਰੀ ਸੁਣਦੇ, ਪਰ ਜੇਕਰ ਤੁਸੀਂ ਵਾਰ ਵਾਰ ਸੁਣੋਗੇ ਗਾਣਾ ਜਾਂ ਦੂਜੀ ਵਾਰ ਸੁਣੋਗੇ ਜਾਂ ਫਿਰ ਵਿਦ ਲਿਰਿਕਲ ਵੀਡੀਓ ਦੇਖੋਗੇ, ਦੈਨ ਤੁਹਾਨੂੰ ਸਾਰੀ ਅੱਗੇ ਗੱਲ ਸਮਝ ਲੱਗ ਜਾਣੀ ਹੈ। ਲਾਸਟ ਵੀਡੀਓ 'ਚ ਮੈਂ ਗੱਲ ਕੀਤੀ ਸੀਗੀ, ਕੁਝ ਕੁ ਨਾਮ ਲਏ ਸੀਗੇ ਕਿ ਇਹ ਸਿੰਗਰ ਆ ਜਿਹੜੇ ਆਪਣੇ 'ਤੇ ਮਤਲਬ ਕਿ ਇੱਕ ਪੂਰਾ ਉਹਦਾ ਪੂਰਾ ਗਾਣਾ ਆਪਦੇ ਆਪ ਨੂੰ ਡੈਡੀਕੇਟ ਕਰ ਦਿੰਦੇ ਆ, ਮਤਲਬ ਕਿ ਆਪਦੀ ਸਟਰਗਲ ਦੀ ਸਟੋਰੀ 'ਤੇ ਬਣਾ ਦਿੰਦੇ ਆ ਜਾਂ ਜਿੱਦਾਂ ਵੀ ਆ। ਪਰ ਕਈ ਵਾਰੀ ਇੱਦਾਂ ਹੁੰਦਾ ਕਿ ਗਾਣੇ ਦੇ ਵਿੱਚ ਕੁਝ ਕੁ ਲਾਈਨਾਂ, ਕੁਝ ਅੰਤ, ਕੋਈ ਅਸਥਾਈ, ਉਹ ਮਤਲਬ ਕਿ ਜਿਹੜਾ ਕੋਈ ਅੰਤਰਾ ਜਿਹੜਾ ਉਹ ਮਤਲਬ ਕਿ ਆਪਦੇ 'ਤੇ ਬਣਾ ਦਿੱਤਾ ਜਾਂਦਾ। ਜਿੱਦਾਂ ਹੁਣ ਇਹਦੇ ਵਿੱਚ ਸੀਗਾ ਕਿ ਮੈਂ ਸਟਾਰਾਂ ਦੀਆਂ ਮਤਲਬ ਕਿ ਪੂਛ ਨਹੀਂ ਪੜੀ, ਹੈ ਨਾ, ਇੱਦਾਂ ਕਰਕੇ ਕੁਛ ਸੀਗਾ। ਅਤੇ ਉਹ ਚੀਜ਼ ਇੱਕ ਡਿਫਾਈਨ ਕਰਦੀ ਹੈ ਕਿ ਬੰਦੇ ਦਾ ਮਤਲਬ ਕਿ ਕਿੱਦਾਂ ਦਾ ਨੇਚਰ ਹੈ, ਕਿੱਦਾਂ ਦੀ ਪਰਸਨੈਲਿਟੀ ਹੈ। ਐਂਡ ਇੱਕ ਗੱਲ ਹੋਰ ਆ ਕਿ ਜਿਹੜੇ ਇੱਦਾਂ ਦੇ ਮੁੰਡੇ ਆ ਰਹੇ ਆ ਨਾ, ਉਹ ਉਹਨਾਂ ਨੂੰ ਆਉਣਾ ਚਾਹੀਦਾ ਅੱਗੇ, ਬਿਕੋਜ਼ ਕਿਉਂਕਿ ਜਿਹੜੀ ਇੱਕ ਇਮੇਜ ਬਣੀ ਹੋਈ ਸੀ ਨਾ ਕਿ ਜੇਕਰ ਮੁੰਡਾ ਪੱਗ ਬਣਦਾ ਤਾਂ ਉਹ ਅੱਗੇ ਨਹੀਂ ਆ ਸਕਦਾ, ਉਹ ਕਿਸੇ ਵੀ ਫੀਲਡ ਵਿੱਚ ਉਹਨੂੰ ਜਾਣ ਤੋਂ ਪਹਿਲਾਂ ਸੋਚਣਾ ਪੈਂਦਾ ਸੀਗਾ ਕਿ ਯਾਰ ਮੈਂ ਸਰਦਾਰ ਹੈ, ਮੈਂ ਆਹ ਕੰਮ ਕਰ ਸਕਦਾ ਜਾਂ ਨਹੀਂ ਕਰ ਸਕਦਾ, ਦੁਨੀਆ ਮੈਨੂੰ ਐਕਸੈਪਟ ਕਰੂਗੀ ਨਹੀਂ ਕਰੂਗੀ, ਹੈ ਨਾ। ਇਹ ਚੀਜ਼ਾਂ ਅੱਗੇ ਬੜੀਆਂ ਕੋਂਪਲੀਕੇਟਡ ਸੀਗੀਆਂ, ਪਰ ਅੱਜ ਕੱਲ੍ਹ ਬੜਾ ਇਸ ਚੀਜ਼ ਨੂੰ ਕਲੀਅਰ ਕਰ ਦਿੱਤਾ ਗਿਆ, ਠੀਕ ਹੈ, ਕਾਫੀ ਸਾਰੇ। ਐਂਡ ਮੈਂ ਥੈਂਕਸ ਕਰਦਾ ਆਪਣੇ ਸਾਰੇ ਇੱਦਾਂ ਦੇ ਜਿਹੜੇ ਪੰਜਾਬੀ ਆਰਟਿਸਟ ਆ, ਚਾਹੇ ਉਹ ਕਮੇਡੀ ਹੈ, ਕਮੇਡੀਅਨ ਹੈ, ਚਾਹੇ ਉਹ ਕੋਈ ਸਿੰਗਰ ਹੈ ਜਾਂ ਕੋਈ ਮਿਊਜ਼ਿਕ ਡਾਇਰੈਕਟਰ ਹੈ ਜਾਂ ਜੋ ਵੀ ਹੈ, ਫਿਲਮ ਪ੍ਰੋਡਿਊਸਰ ਹੈ ਜਾਂ ਕੋਈ ਐਕਟਰ ਹੈ, ਠੀਕ ਹੈ, ਸਰਦਾਰ ਬੰਦੇ ਅੱਜ ਕੱਲ੍ਹ ਅੱਗੇ ਆ ਰਹੇ ਆ ਅਤੇ ਉਹ ਕੰਮ ਕਰਕੇ ਦਿਖਾ ਰਹੇ ਆ ਕਿ ਅਸੀਂ ਇੱਦਾਂ ਕੰਮ ਕਰਦੇ ਹਾਂ ਅਤੇ ਉਹਨਾਂ ਦੇ ਕੰਮ ਨੂੰ ਲੋਕ ਪਸੰਦ ਵੀ ਕਰਦੇ ਆ। ਐਂਡ ਬਾਈ, ਸਭ ਤੋਂ ਮੇਨ ਗੱਲ, ਆਪਣੀ ਲੁੱਕ ਚੇਂਜ ਨਹੀਂ ਕਰਨੀ ਪੈਂਦੀ। ਮੈਂ ਇੱਦਾਂ ਦੇ ਕੁਝ ਦੇਖੇ ਆ ਸਿੰਗਰਸ ਜਿਨ੍ਹਾਂ ਨੇ ਆਪਣੀ ਲੁੱਕ ਚੇਂਜ ਕੀਤੀ। ਸਰਦਾਰ ਸੀ, ਉਹਨਾਂ ਨੇ ਵਾਲ ਕਟਾ ਤੇ, ਮੋਨੇ ਹੋ ਗਏ ਹਿੱਟ ਹੋਣ ਲਈ, ਪਰ ਹਿੱਟ ਨਹੀਂ ਹੋਏ, ਕਿਉਂਕਿ ਜਿਹੜਾ ਬੰਦਾ ਇਹ ਕੰਮ ਕਰਦਾ ਨਾ, ਇੰਨਾ ਗਲਤ ਕੰਮ ਕਰਦਾ ਇੱਕ ਹਿੱਟ ਹੋਣ ਲਈ, ਉਹ ਹਿੱਟ ਕਦੇ ਨਹੀਂ ਹੋਊਗਾ, ਠੀਕ ਹੈ। ਸੋ ਇਹ ਚੀਜ਼ ਇਹਨਾਂ ਨੇ ਬਰਕਰਾਰ ਰੱਖੀ, ਇਹਨਾਂ ਦੇ ਕਰਕੇ ਹੋਰ ਜਿਹੜੇ ਮਤਲਬ ਹੁਣ ਜਿੱਦਾਂ ਰੈਪ ਹੈ, ਰੈਪ ਇੱਕ ਫੀਲਡ ਹੈ ਜਿਹਦੇ ਵਿੱਚ ਹੁਣ ਫਤਿਹ ਆ, ਫਤਿਹ ਹੈ ਨਾ, ਉਹ ਕਿੰਨਾ ਮਤਲਬ ਕਿੰਨਾ ਚੱਲਿਆ ਸੀ ਬਾਈ। ਅੱਜ ਕੱਲ੍ਹ ਗਾਣੇ ਘੱਟ ਆ ਰਹੇ ਆ, ਪਰ ਪਹਿਲਾਂ ਬਹੁਤ ਚੱਲਿਆ ਬਾਈ, ਉਹਦੇ ਹਰ ਇੱਕ ਸਿੰਗਰ ਨਾਲ ਗਾਣੇ ਆਉਂਦੇ ਸੀ, ਠੀਕ ਆ। ਅਤੇ ਹੋਰ ਰੈਪਰ ਹੋਰ ਪੰਜਾਬੀ ਕਿਹੜਾ ਸਿੱਖ ਹੋਵੇ ਪੂਰਾ, ਮੇਰੇ ਦਿਮਾਗ 'ਚ ਹਜੇ ਤਾਂ ਨਹੀਂ ਆ ਰਿਹਾ, ਪਰ ਸਿੰਗਰਸ ਤਾਂ ਹੁਣ ਬਹੁਤ ਆ, ਤਰਸੇਮ ਜੱਸੜ, ਐਮੀ ਵਿਰਕ, ਰਣਜੀਤ ਬਾਵਾ ਅਤੇ ਦਲਜੀਤ, ਗਿੱਪੀ ਵੀ ਪੱਗ ਬੰਨ ਲੈਂਦਾ। ਗਿੱਪੀ ਦੀ ਬਾਈ ਦੀ ਇੱਕ ਗੱਲ ਬਹੁਤ ਘੈਂਟ ਆ, ਆਪ ਚਾਹੇ ਉਹਨੇ ਵਾਲ ਕੱਟੇ ਹੋਏ ਆ, ਪਰ ਆਪਣੇ ਬੱਚਿਆਂ ਨੂੰ ਉਹਨੇ ਸਰਦਾਰ ਬਣਾਇਆ, ਦੈਟਸ ਗ੍ਰੇਟ, ਠੀਕ ਹੈ। ਅਤੇ ਹੋਰ ਵੀ ਬੜੇ ਸਾਰੇ ਨਾਮ ਆ। ਸੋ ਬਈ ਬਹੁਤ ਵਧੀਆ ਲੱਗਾ ਮੈਨੂੰ ਗਾਣਾ, ਤੁਹਾਨੂੰ ਕਿੱਦਾਂ ਲੱਗਾ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ। ਇੱਦਾਂ ਦੀ ਜਿਹੜੇ ਸਿੰਗਰਸ ਆਉਂਦੇ ਨਾ, ਉਹਨਾਂ ਨੂੰ ਸਪੋਰਟ ਕਰਿਆ ਕਰੋ, ਹੀ ਇਜ਼ ਵੈਰੀ ਟੈਲੈਂਟਡ ਗਾਏ। ਆਪਾਂ ਇਹਨਾਂ ਦੇ ਹੋਰ ਗਾਣੇ ਵੀ ਦੇਖੇ ਆ, ਕਈਆਂ ਨਾਲ ਕੋਲੈਬਰੇਸ਼ਨਸ ਵੀ ਦੇਖੇ ਆ, ਐਂਡ ਕਾਫੀ ਅੱਛਾ ਕੰਮ ਕਰਦੇ ਆ। ਮੈਨੂੰ ਬੀਟ ਬਹੁਤ ਵਧੀਆ ਲੱਗੀ, ਸਭ ਤੋਂ ਜ਼ਿਆਦਾ ਵਧੀਆ ਮੈਨੂੰ ਇਸ ਗਾਣੇ 'ਚ ਬੀਟ ਲੱਗੀ, ਬਾਈ ਨੇ ਗਾਇਆ ਵੀ ਵਧੀਆ। ਐਜ਼ ਆ ਸਿੰਗਰ ਬਾਈ ਦਾ ਪਹਿਲਾ ਗਾਣਾ ਇਹ ਜਾਂ ਮੈਨੂੰ ਨਹੀਂ ਪਤਾ, ਮੈਂ ਪਹਿਲੀ ਵਾਰੀ ਸੁਣ ਰਿਹਾ ਇਹਨਾਂ ਦਾ ਗਾਣਾ ਐਜ਼ ਆ ਸਿੰਗਰ, ਠੀਕ ਹੈ। ਸੋ ਮਜ਼ਾ ਆਇਆ ਵੀਡੀਓ ਦੇ ਕੇ, ਤੁਹਾਨੂੰ ਕਿਤੇ ਲੱਗੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸੋ, ਅਤੇ ਜਿਨ੍ਹਾਂ ਨੇ ਆਪਣਾ ਚੈਨਲ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ, ਡੂ ਸਬਸਕ੍ਰਾਈਬ ਨਾਓ। ਮਿਲਦੇ ਤੁਹਾਨੂੰ ਕਿਸੇ ਹੋਰ ਵੀਡੀਓ, ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਅਤੇ ਚੱਕੀ ਰੱਖੋ, ਇੱਦਾਂ ਹੀ ਕੰਮ।